ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਫੇਵਰੇਟ ਪ੍ਰੋਗਰਾਮ ਮਾਂ ਬੋਲੀ ਪੰਜਾਬੀ ਦੇ ਵਿੱਚ ਹਰਪ੍ਰੀਤ ਸਿੰਘ ਜਵੰਦਾ ਜੀ ਦੁਆਰਾ ਲਿਖੀ ਹੋਈ ਇੱਕ ਨਵੀਂ ਕਹਾਣੀ ਲੈ ਕੇ ਮੁੜ ਹਾਜ਼ਰ ਹਾਂ ਕਹਾਣੀ ਇਉਂ ਸ਼ੁਰੂ ਹੁੰਦੀ ਹੈ ਉਸ ਦਿਨ ਸਾਫ਼ ਆਖ ਦਿੱਤਾ ਸੀ ਜੇ ਮੋਟਰਸਾਈਕਲ ਲੈ ਕੇ ਨਾ ਦਿੱਤਾ ਤਾਂ ਕੋਲੋਂ ਲੰਘਦੀ ਰੇਲਵੇ ਲਾਈਨ ਦੇ ਹੇਠ ਸਿਰ ਦੇ ਦੇਣਾ ਹੈ ਨਿੱਕੀ ਰੋਣ ਲੱਗ ਪਈ ਤੇ ਮਾਂ ਨੂੰ ਦਸੰਬਰ ਮਹੀਨੇ ਵਿੱਚ ਹੀ ਤਰੇਲੀਆਂ ਆ ਗਈਆਂ ਉਸ ਗੱਲ ਚੋਂ ਚੁੰਨੀ ਲਾ ਹੱਥ ਵਿੱਚ ਫੜ ਲਈ ਤੇ ਦੋਵੇਂ ਹੱਥ ਮੱਥੇ ਤੇ ਰੱਖ ਜਿੱਥੇ ਹੈ ਸੀ ਬਸ ਉੱਥੇ ਹੀ ਬੈਠ ਗਈ ਭੈਣ ਦਾ ਰੋਣ ਅਤੇ ਮਾਂ ਦੀ ਤਰੇਲੀ ਮੈਨੂੰ ਨਿਰਾ ਪਖੰਡੀ ਲੱਗਾ ਆਥਣ ਵੇਲੇ ਡੈਡੀ ਸ਼ਹਿਰੋਂ ਮੁੜਿਆ ਤਾਂ ਘਰੇ ਸੋਗਮਈ ਮਾਹੌਲ ਵੇਖ ਸਾਰਿਆਂ ਦੇ ਚਿਹਰੇ ਵੇਖਣ ਲੱਗਾ ਕੋਈ ਗੱਲ ਨਾ ਦੱਸੇ ਮੈਂ ਬਿਨਾਂ ਕੋਈ ਜਵਾਬ ਦਿੱਤਿਆਂ ਘਰੋਂ ਬਾਹਰ ਨਿਕਲ ਗਿਆ ਮਾਂ ਵੀ ਮਗਰੇ ਮਗਰੇ ਹੀ ਆ ਗਈ ਸ਼ਾਇਦ 7:30 ਵਾਲੀ ਸਵਾਰੀ ਗੱਡੀ ਦਾ ਟਾਈਮ ਹੋ ਗਿਆ ਸੀ ਮੈਂ ਜਿੱਧਰ ਨੂੰ ਜਾਵਾਂ ਮੇਰੀ ਮਾਂ ਮੇਰੇ ਮਗਰੇ ਮਗਰੇ ਅੰਦਰੋਂ ਅੰਦਰੀ ਬਾਲਾ ਖੁਸ਼ ਫੋਕੀ ਧਮਕੀ ਕੰਮ ਜੂ ਕਰ ਗਈ ਸੀ ਅਖੀਰ ਡੈਡੀ ਵੀ ਮਗਰੇ ਆ ਗਿਆ ਸ਼ਾਇਦ ਭੈਣ ਨੇ ਸਾਰੀ ਗੱਲ ਦੱਸ ਦਿੱਤੀ ਸੀ ਹੱਸਦਾ ਹੋਇਆ ਆਖਣ ਲੱਗਾ ਘਬਰਾ ਨਾ ਪੁੱਤ ਪਰਸੋਂ ਤੇਰਾ ਮੋਟਰਸਾਈਕਲ ਆ ਜਾਊ ਮੈਂ ਜੇਤੂ ਸਿਕੰਦਰ ਵਾਂਗ ਬੁੜਕਿਆ ਮੁੱਠੀ ਮੀਟ ਉਤਾਂਹ ਨੂੰ ਕੀਤੀ ਤੇ ਘਰੇ ਆ ਕੇ ਰੱਜ ਕੇ ਰੋਟੀ ਖਾ ਕੇ ਗੂੜੀ ਨੀਂਦਰ ਸੌਂ ਗਿਆ ਮੈਨੂੰ ਸਾਰੀ ਰਾਤ ਮੋਟਰਸਾਈਕਲ ਅਤੇ ਉਸ ਕੁੜੀ ਦੇ ਸੁਪਨੇ ਆਉਂਦੇ ਰਹੇ ਵਾਕਿਆ ਹੀ ਤੀਜੇ ਦਿਨ ਵਿਹੜੇ ਦੇ ਵਿੱਚ ਮੋਟਰਸਾਈਕਲ ਖਲੋਤਾ ਸੀ ਕਾਲੇ ਰੰਗ ਦੀ ਟੈਂਕੀ ਪੂਰੀ ਫੁੱਲ ਅਗਲੇ ਦਿਨ ਐਨ ਸ਼ਹਿਜ਼ਾਦਿਆਂ ਵਾਂਗ ਤਿਆਰ ਹੋਇਆ ਪ੍ਰੈਸ ਕੀਤੀ ਪੈਂਟ ਦੀਆਂ ਕਰੀਜ਼ਾਂ ਇੰਨੀਆਂ ਤਿੱਖੀਆਂ ਕਿ ਜੇ ਕੋਈ ਵਿੱਚ ਵੱਜ ਜਾਵੇ ਤਾਂ ਚੀਰਿਆ ਹੀ ਜਾਵੇ ਕਾਲਜ ਉਹ ਮੇਰੇ ਵੱਲ ਵੇਖ ਕੇ ਨਿੰਮਾ ਜਿਹਾ ਮੁਸਕੁਰਾਈ ਮੈਨੂੰ ਲੱਗਾ ਮੇਰੀ ਦਿਹਾੜੀ ਲੇਖੇ ਲੱਗ ਗਈ ਪਰ ਉਸ ਦਿਨ ਤੋਂ ਡੈਡੀ ਨੇ ਥੋੜ੍ਹਾ ਹੋਰ ਕਵੇਲੇ ਆਉਣਾ ਸ਼ੁਰੂ ਕਰ ਦਿੱਤਾ ਸੀ ਕਿੱਧਰੋਂ ਪਤਾ ਲੱਗ ਗਿਆ ਕਿ ਹੁਣ ਉਹ ਓਵਰ ਟਾਈਮ ਕਰਦਾ ਸੀ ਸਾਰਾ ਦਿਨ ਮੋਟਰਸਾਈਕਲ 'ਤੇ ਘੁੰਮਣ ਮਗਰੋਂ ਆਥਣ ਵੇਲੇ ਪੱਠੇ ਵੱਢਣ ਨੂੰ ਜੀ ਜਿਆ ਨਾ ਕਰਿਆ ਕਰੇ ਕੋਈ ਵੇਖੂ ਤੇ ਕੀ ਆਖੂ ਹੁਣੇ ਹੁਣੇ ਮੋਟਰਸਾਈਕਲ 'ਤੇ ਅਤੇ ਹੁਣ ਹੱਥ ਵਿੱਚ ਦਾਤਰੀ ਪੱਲੀ ਅਤੇ ਪੱਠੇ ਇੱਕ ਦੋ ਵਾਰ ਮੈਨੂੰ ਮੇਰੇ ਯਾਰਾਂ ਨਾਲ ਕਵੇਲਾ ਹੋ ਗਿਆ ਭੁੱਖੇ ਡੰਗਰਾਂ ਲਈ ਨਿੱਕੀ ਨੂੰ ਪੱਠੇ ਵੱਢਣੇ ਪਏ ਮੈਨੂੰ ਤਾਂ ਵੀ ਸ਼ਰਮ ਨਾ ਆਈ ਉਲਟਾ ਪੰਡ ਚੁੱਕ ਕੇ ਤੁਰੀ ਆਉਂਦੀ ਨੂੰ ਆਖਿਆ ਤੂੰ ਜਾਣ ਕੇ ਇੰਜ ਕਰਦੀ ਹੈ ਮੇਰੇ ਯਾਰਾਂ ਦੋਸਤਾਂ ਵਿੱਚ ਮੇਰੀ ਭੰਡੀ ਹੋਵੇ ਇੱਕ ਦਿਨ ਡੈਡੀ ਸ਼ਹਿਰੋਂ ਨਾ ਮੁੜਿਆ ਕਿਸੇ ਸੁਨੇਹਾ ਦਿੱਤਾ ਹਸਪਤਾਲ ਵਿੱਚ ਮੇਰਾ ਮੱਥਾ ਠਣਕਿਆ ਉਸੇ ਵੇਲੇ ਹੀ ਸ਼ਹਿਰ ਅੱਪੜ ਗਏ ਉਹ ਵਾਕਿਆ ਹੀ ਹਸਪਤਾਲ ਵਿੱਚ ਸੀ ਮੰਜੇ ਤੇ ਪਿਆ ਵੀ ਨਿੰਮਾ ਨਿੰਮਾ ਮੁਸਕਰਾਈ ਜਾ ਰਿਹਾ ਸੀ ਓਵਰ ਟਾਈਮ ਨਹੀਂ ਸੀ ਲਾਉਂਦਾ ਸਗੋਂ ਕਿਸੇ ਕੋਲੋਂ ਪੈਸੇ ਉਧਾਰ ਫੜ ਉਸਦੀ ਫੈਕਟਰੀ ਵਿੱਚ ਨੌਕਰੀ ਕਰ ਲਈ ਸੀ ਦੇਗੀ ਲੋਹਾ ਢਾਲਿਆ ਕਰਦਾ ਤਾਂ ਗੈਸ ਸਿਰ ਨੂੰ ਚੜ ਗਈ ਸੀ ਪਰ ਮੁੜ ਠੀਕ ਨਾ ਹੋ ਸਕਿਆ ਤੇ ਫਿਰ ਇੱਕ ਦਿਨ ਸਭ ਕੁਝ ਹੀ ਮੁੱਕ ਗਿਆ ਏਜੰਸੀ ਵਾਲੇ ਪਿੰਡ ਆ ਕੇ ਮੋਟਰਸਾਈਕਲ ਵਾਪਸ ਲੈ ਗਏ ਬੜਾ ਹੀ ਮਜ਼ਾਕ ਉੱਡਿਆ ਮਗਰੋਂ ਜ਼ਿੰਦਗੀ ਦੀ ਅਸਲੀਅਤ ਨੇ ਕਾਲਜ ਪ੍ਰੈਸ ਕੀਤੀ ਪੈਂਟ ਦੀ ਕਰੀਜ਼ ਅਤੇ ਨਿੰਮਾ ਨਿੰਮਾ ਹੱਸਦੀ ਹੋਈ ਕੁੜੀ ਸਭ ਕੁਝ ਭੁਲਾ ਦਿੱਤਾ ਜਵਾਨੀ ਦੇ ਠੀਕ ਉਸੇ ਦੌਰ ਵਿੱਚ ਅੱਜ ਮੇਰਾ ਪੁੱਤ ਲੰਘ ਰਿਹਾ ਹੈ ਮੇਰੇ ਕੋਲ ਸਧਾਰਨ ਜਿਹੀ ਕਾਰ ਏ ਪਰ ਉਹ ਲੈਂਡ ਰੋਵਰ ਮੰਗਦਾ ਏ ਆਖਦਾ ਏ ਸਭ ਤਾਂ ਹੈ ਤੁਹਾਡੇ ਕੋਲ ਕਿਸ ਚੀਜ਼ ਦੀ ਘਾਟ ਏ ਗਰੀਬ ਹੋਣ ਦੀ ਐਕਟਿੰਗ ਕਰਦੇ ਹੋ ਕੋਈ ਗੱਲ ਆਖਦੇ ਵਾਂ ਤਾਂ ਦੋ ਦੋ ਦਿਨ ਘਰੋਂ ਬਾਹਰ ਰਹਿੰਦਾ ਏ ਫਿਰ ਤੀਜੇ ਦਿਨ ਜਦੋਂ ਸ਼ਰਾਬੀ ਹੋਇਆ ਘਰ ਮੁੜਦਾ ਏ ਤਾਂ ਆਖਦਾ ਏ ਜੇ ਸਖਤੀ ਕੀਤੀ ਤਾਂ ਗੈਂਗ ਨਾਲ ਰਲ ਜਾਣਾ ਏ ਇੰਨੀ ਗੱਲ ਸੁਣ ਪਿੰਡ ਕੋਲੋਂ ਲੰਘਦੀ ਰੇਲ ਗੱਡੀ ਚੇਤੇ ਆ ਜਾਂਦੀ ਏ ਤੇ ਮਜਬੂਰ ਬਾਪ ਦਾ ਚਿਹਰਾ ਝੂਠੇ ਹੱਸਦੀ ਮਾਂ ਅੰਦਰ ਵੜ ਵੜ ਗਿੱਲੀਆਂ
अखियां पूंजती रहिंदी। सब कुछ याद कर अंदरां दा बुरक भरिया जांदा है। जवानी अखां ते किन्ना पर्दा पा दिंदी है हुण पता लगता है जदों आप ते पैंदी है। किन्ने मजबूर हुंदे ने जम्मण वाले, सरफे दीआं औलादां दे फोके दबकियां तों डर जांदी पिछली पीढ़ी। हर वेले अगली पीढ़ी तों पिछली उम्र विच आसरा भालदी है चिट्टी दाड़ी। सदियां तों पीढ़ी दर पीढ़ी चलदा आया है उही वरतारा। मुकदी गल है, लगी हुई सन्नी दौर दे विच सब तों वध सुखी बस उही है जिसकी औलाद नूं उस दीआं मजबूरियां समझ आ जावन। वरना लखां तों कख हुंदियां घड़ी नहीं लगती। धन्नवाद दोस्तों, कहानी पसंद आवे तां शेयर वाला बटन जरूर दबाउणा, चैनल नूं सबसक्राइब करना ते स्टोरी नूं लाइक जरूर करना। मुड़ मिलांगे एक होर नवीं कहानी दे नाल। तद तक दे लई सत श्री अकाल।